ਚਾੜੋ ਜਿਹੜਾ ਕਦੇ ਨਾ ਉਤਰੇ ਕਦੇ ਨਾ ਉਤਰੇ ਜਿਹੜਾ ਕਦੇ ਨਾ ਉਤਰੇ ਹਾਂ ਮੁਖੀ ਜਨ ਜਨਮ ਜਨਮ ਦੇ ਮੇਰੇ ਵੇ ਦੁਖੜੇ ਮੇਰੇ ਵੇ ਦੁਖੜੇ ਜੋ ਵੀ ਮੇਰੇ ਵੇ ਦੁਖੜੇ ਹਾਂ ਤਪਦੀਆਂ ਰੂਹਾਂ ਨੂੰ ਤਪਦੀਆਂ ਰੂਹਾਂ ਨੂੰ ਆਪਣੇ ਵਾਸਤੇ ਮਾਰੋ ਤੁਸੀਂ ਦੂਰ ਤੁਹਾਡੇ ਤੋਂ ਚੱਲ ਕੇ ਮੀਂਹ ਦੇ ਵਿੱਚ ਬਾਬਾ ਜੀ ਸਰਕਾਰ ਕਰੋ ਕਿਰਪਾ ਸਾਡੇ ਬਹੁਤ ਹਾਂਜੀ ਜੈ ਤੁਹਾਡੀ ਵੀ ਜੈ ਸਭ ਮਾਰੋ ਫਕੀਰਾਂ ਦੇ ਨਾਂ ਤੇ ਸਾਧੂਆਂ ਦੇ ਨਾਂ ਤੇ ਤੁਹਾਡੀ ਬਾਬਾ ਜੀ ਸਾਡੇ ਸਰਪੰਚ ਸਾਹਿਬ ਜੀ ਡਵੇਡੇ ਰਿਆਣੇ ਤੋਂ ਦੋ ਤਿੰਨ ਭਜਨਾਂ ਦੀ ਹਾਜ਼ਰੀ ਹੈ ਬੱਡੂ ਭਾਜੀ ਉਹ ਵੀ ਪਹੁੰਚੇ ਮੇਰੇ ਆਏ ਹੋਏ ਭਜਨ ਜੋਗੀ ਆ ਗਏ ਚੱਲ ਕੇ ਸਾਡੇ ਸੁੱਤੇ ਭਾਗ ਜਗਾਏ ਜਗਾਏ ਬਿੱਲਾ ਭਾਜੀ ਬਹੁਤ ਵਧੀਆ ਸੌਣ ਬੇ ਸਾਨੂੰ ਦੇਵੋ ਵਧਾਈਆਂ ਜੀ ਸਾਡੇ ਘਰ ਪੌਣਾ ਹਾਰੀ ਜੀ ਆਏ ਕਿਹੜੀ ਕਿਹੜੀ ਦਰਸ਼ਨ ਕਰਨੇ ਪੌਣਾ ਹਾਰੀ ਹੱਥ ਖੜੇ ਕਰਕੇ ਜਾਣੀ ਜਿਹੜਾ ਝੂਠ ਬੋਲੇ ਉਹ ਘਰ ਜਾਂਦਾ ਬੁੱਢਾ ਆ ਜਾਵੇ ਬੋਲੀਏ ਸਾਡੇ ਦਰਬਾਰ ਕੀ ਕਿਹੜੇ ਕਿਹੜੇ ਪਿਆਰ ਕਰਦੇ ਬਾਬਾ ਬਿੱਲਾ ਭਾਜੀ ਸਰਕਾਰ ਤੁਸੀਂ ਬੈਠੋ ਉੱਥੇ ਤਾੜੀ ਲਗਾ ਕੇ ਜਿਹੜੇ ਪਿਆਰ ਕਰਦੇ ਆ ਜੋਗੀ ਆ ਗਏ ਚੱਲ ਕੇ ਸਾਡੇ ਜੋਗੀ ਆ ਗਏ ਚੱਲ ਕੇ ਸਾਡੇ ਜੋਗੀ ਆ ਗਏ ਚੱਲ ਕੇ ਸਾਡੇ ਜੋਗੀ ਆ ਗਏ ਚੱਲ ਕੇ ਸਾਡੇ
ਸੁੱਤੇ ਭਾਗ ਜਗਾਏ ਸਾਨੂੰ ਦੇਵੋ ਵਧਾਈਆਂ ਜੀ ਸਾਡੇ ਘਰ ਪੌਣਾ ਹਰੀ ਜੀ ਆਏ। ਸਰਕਾਰਾਂ ਹੁਣ ਪਹੁੰਚੀਆਂ ਕਰਦਿਆਂ ਨਾ ਪਿਆਰ ਪੌਣਾ ਹਰੀ ਜਨਾ ਜਨਾਂ ਦੀ ਆਸਾਂ ਮੁਰਾਦਾਂ ਪੂਰੀਆਂ ਹੋਈਆਂ ਆ। ਹੱਥ ਖੜੇ ਕਰਕੇ ਜੱਸਾ ਪਹੁੰਚ ਗਏ ਨੇ ਸਾਡੇ, ਤਾੜੀ ਲਗਾ ਕੇ ਵਾਹ ਸਾਨੂੰ ਦੇਵੋ ਵਧਾਈਆਂ ਜੀ ਸਾਡੇ ਘਰ ਪੌਣਾ ਹਾਰੀ।
ਖਵਾਇਸ਼ ਪੂਰੀ ਹੋ ਗਈ ਮਹਾਰਾਜ ਦੇ ਚਰਨਾਂ ਨੂੰ, ਜੇਕਰ ਤਾੜੀ ਮਾਰੋ ਮਹਾਰਾਜ ਦੇ ਨਾਂ ਤੇ। ਜੋਗ ਲੈਣ ਲਈ, ਜੋਗ ਲੈਣ ਲਈ ਜੁਗਤਾ ਬਣਾਉਂਦੇ, ਜੋਗ ਲੈਣ ਲਈ ਜੁਗਤਾ ਬਣਾਉਂਦੇ ਤੇ ਜੋਗੀਆਂ ਦੇ ਉੱਤੇ ਲਾਡਲੇ। ਫਕੀਰੀ ਵਾਲਾ ਰੰਗ ਮੈਨੂੰ ਝਾੜ ਦੇ, ਫਕੀਰੀ ਵਾਲਾ ਰੰਗ ਮੈਨੂੰ ਝਾੜ ਦੇ।
ਕੈਨੇਡਾ ਦੇ ਵੀਜ਼ੇ ਲੱਗ ਗਏ, ਤਾੜੀ ਮਾਰ ਕੇ ਪੌਣਾ ਹਲ ਦੇ ਨਾਂ ਦੇ ਜਗਾਰਾ ਦੁੱਧਾ ਧਾਰੀ ਦਾ ਤਾੜੀ ਪੌਣਾ ਹਲ ਦੇ ਨਾਂ ਦੇ ਖੁੱਲ ਕੇ ਲਾਸਟ ਵਿੱਚ ਲਾਸਟ ਭਾਜੀ ਸਾਰਾ ਗਰੁੱਪ ਉੱਪਰ ਆ ਜਾਓ ਲਾਸਟ ਚੇਤ ਦੇ ਮਹੀਨੇ ਜੋਗੀ ਆਹ ਮੈਨੂੰ ਪੌਣ ਦੇ ਹੋਲਾਰੇ ਬੱਦਲਾਂ ਨੇ ਛਾਂ ਕੀਤੀ ਤਾੜੀ ਮਾਰੋ ਮਹਾਰਾਜ ਦੇ ਨਾਂ ਦੇ ਇੱਕ ਵਾਰੀ
ਬੋਲੀਏ ਸਾਚੇ ਦਰਬਾਰ ਕੀ ਲੋਕ ਇੰਨੀ ਕੁ ਹਾਜ਼ਰੀ ਕਬੂਲ ਕਰਿਓ। ਮੈਂ ਤਾਂ ਗਾਉਂਦਾ ਹੀ ਰਹਿੰਦਾ ਦਰਬਾਰ ਤੇ ਬੀਬੀ ਜੀ ਉਹਨਾਂ ਦਾ ਬੜਾ ਸਤਿਕਾਰ, ਸਾਡੇ ਸੇਵਾਦਾਰ ਬਾਬਾ ਜੱਸੂ ਜੀ ਉਹਨਾਂ ਤੇ ਬੜੀ ਕਿਰਪਾ, ਤਾੜੀ ਮਾਰੇ ਕੋਈ ਸਰਕਾਰ ਦੇ ਨਾਂ ਤੇ। ਬੋਲੀਏ ਸਾਚੇ ਦਰਬਾਰ ਕੀ ਜੈ। ਜਕਾਰਾ ਪਾਉਣਾ ਹਰੀ ਬਾਬਾ ਜੀ ਦਾ, ਜਕਾਰਾ ਗੁਰੂ ਮਹਾਰਾਜ ਜੀ ਦਾ। ਵਾਹ ਜੀ ਵਾਹ। ਕਿਉਂਕਿ ਪਿਛਲੇ ਸਾਲ ਬਰਸੀ ਤੇ ਬੜੀ ਗਰਮੀ ਸੀਗੀ ਜੀ, ਤੇ ਬੀਬੀ ਜੀ ਨੇ ਇਸ ਵਾਰ ਆਪਣੇ ਕੂਲਰ ਦੇਖੋ ਕਿੰਨੇ ਕੂਲਰ ਲੱਗੇ ਹੋਏ ਆ, ਲੇਕਿਨ ਬਾਬਾ ਜੀ ਨੇ ਠੰਡ ਬਰਸਾਤੀ ਹੈ ਜੀ, ਬਿਲਕੁਲ ਠੰਡਾ ਮੌਸਮ ਹੋ ਗਿਆ। ਤੇ ਸਾਡੇ ਸੇਵਾਦਾਰ ਬੀਬੀ ਰਾਣੀ ਜੀ ਤੇ ਸਾਡੇ ਸੇਵਾਦਾਰ ਭਗਤ ਜੱਸੂ ਸਾਈਂ ਜੀ, ਤੇ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਨੂੰ ਮਿਲੇ ਨੇ। ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿੰਨੀ ਵੀ ਸੰਗਤ ਮੌਸਮ ਖਰਾਬ ਦੇ ਵਿੱਚ ਪਹੁੰਚੀ ਹੈ, ਸਾਰੀ ਸੰਗਤ ਨੂੰ ਜੀ ਆਇਆਂ, ਬਹੁਤ ਬਹੁਤ ਮਿਹਰਬਾਨੀ ਜੀ, ਤੇ ਫਿਰ ਤੋਂ ਸਾਰਿਆਂ ਦਾ ਧੰਨਵਾਦ। ਤੇ ਲਓ ਜੀ, ਇਹ ਸੀ ਸਾਡੇ ਵੱਡੇ ਵੀਰ ਜਨਾਬ ਬਲਵਿੰਦਰ ਸੋਨੂ ਜੀ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਬਾਬੇ ਦੇ ਚਰਨਾਂ 'ਚ। ਅਤੇ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ, ਕਿਉਂਕਿ ਸਾਡੇ ਜਨਾਬ ਮਾਸ਼ਾਲੀ ਜੀ ਉਹਨਾਂ ਦਾ ਮਜੀਸ਼ੀਅਨ ਪਰਿਵਾਰ ਬਿਲਕੁਲ ਸੱਜ ਰਿਹਾ ਹੈ ਜੀ, ਅਤੇ ਜਦ ਤੱਕ ਸੱਜ ਰਿਹਾ ਮੈਂ ਬੇਨਤੀ ਕਰਾਂਗਾ ਉਹਨਾਂ ਦੇ ਸਟੇਜ ਸਕੱਤਰ ਵੀਰ ਨੂੰ ਬੇਨਤੀ ਕਰਾਂਗਾ, ਸਾਡੇ ਨਿਸ਼ਾਨ ਭਾਜੀ ਉਹਨਾਂ ਨੂੰ ਬੇਨਤੀ, ਪਲੀਜ਼ ਮਾਈਕ 'ਤੇ ਆਉਣ ਜੀ। ਰੋਕੀ ਭਾਜੀ ਤੁਸੀਂ ਆਜੋ, ਪਹਿਲਾਂ ਆਜੋ, ਆਜੋ ਆਜੋ, ਆਓ ਜੀ ਆਓ। ਹਲੀ ਹਲੀ ਚਿਕਲੀ ਜਕਾਰਾ ਪਾਣਾ ਹਰੀ ਜੀ ਦਾ। ਬੋਲੀਏ ਸੱਚੇ ਦਰਬਾਰ ਕੀ। ਜੇ ਮਿਲ ਜੇ ਪਾਉਣਾ ਹਰੀ ਤੇ ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਜੇ ਮਿਲ ਜੇ ਪਾਉਣਾ ਹਰੀ ਤੇ ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਸਿੱਧ ਜੋਗੀ ਦੇ ਚਰਨਾਂ ਦੇ ਧੂੜ ਮੈਂ ਚੁੰਮ ਚੁੰਮ ਮੱਥੇ ਨੂੰ ਲਾਵਾਂ, ਹਰ ਇੱਕ ਉਹਦਾ ਭਗਤ ਪਿਆਰਾ ਨਿੱਤ ਤੱਕਦਾ ਉਹਦੀਆਂ ਰਾਹਾਂ, ਜੀ ਕਰਦਾ ਦੀਵਾਨਿਆਂ ਸਿੱਧ ਜੋਗੀ ਦਾ ਮੈਂ ਰਾਜੇ ਰਾਜੇ ਦਰਸ਼ਨ ਪਾਵਾਂ, ਮੈਂ ਰਾਜੇ ਰਾਜੇ ਦਰਸ਼ਨ ਪਾਵਾਂ। ਔਰ ਇਸੇ ਤਰ੍ਹਾਂ ਹੀ ਬਹੁਤ ਹੀ ਸਤਿਕਾਰਯੋਗ ਮੇਰੀ ਦਾਤਾ ਸੱਚੀ ਸਰਕਾਰ, ਔਰ ਇਸੇ ਤਰ੍ਹਾਂ ਹੀ ਨਾਥਾ ਦੇ ਨਾਥ ਬਾਬਾ ਬਾਲਕ ਨਾਥ, ਮੇਰਾ ਨਿੱਕਾ ਜਿਹਾ ਜੋਗੀ, ਮੇਰਾ ਸਿੰਘੀਆਂ ਵਾਲਾ ਜੋਗੀ, ਮੇਰਾ ਧੂਣੇ ਵਾਲਾ ਜੋਗੀ, ਨਾਥਾਂ ਦਾ ਨਾਥ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਤੋਂ ਸਾਡੀ ਪੂਜਨੀ ਗੁਰੂ ਜੀ ਸਾਡੀ ਜਿਹਨਾਂ ਦੀ ਅਸੀਂ ਰਹਿਮਤ ਸਦਕਾ ਸਾਡੇ 'ਤੇ ਬੜੀ ਕਿਰਪਾ ਹੈ ਉਹਨਾਂ ਦੀ। ਔਰ ਇਸੇ ਤਰ੍ਹਾਂ ਹੀ 1008 ਸ਼੍ਰੀ ਰਜਿੰਦਰ ਜੀ ਮਹਾਰਾਜ ਜੋ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਨੇ, ਅਸੀਂ ਕਦੇ ਵੀ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ। ਔਰ ਸਾਰੀ ਸੰਗਤ ਨੂੰ ਮੇਰੀ ਗੁਜ਼ਾਰਿਸ਼ ਹੈ, ਹੱਥ ਜੋੜ ਕੇ ਬੇਨਤੀ ਹੈ ਕਿ ਜਿਹਨੇ ਮੇਰੇ ਵੀਰ ਭੈਣਾਂ ਮਾਤਾਵਾਂ ਬੱਚੇ ਆਲੇ ਦੁਆਲੇ ਖੜ੍ਹੇ ਨੇ ਜਾਂ ਘੁੰਮਣੇ ਨੇ, ਗੁਜ਼ਾਰਿਸ਼ ਹੈ ਮੇਰੀ ਹੱਥ ਜੋੜ ਕੇ ਬੇਨਤੀ ਕਿ ਬੈਠਣ ਦੀ ਕਿਰਪਾਲਤਾ ਕਰੋ, ਬੜੀ ਮਿਹਰਬਾਨੀ ਸਾਰੀ ਸੰਗਤ ਦੀ। ਔਰ ਇਸੇ ਤਰ੍ਹਾਂ ਸਾਡੇ ਬਲਵਿੰਦਰ ਸੋਨੂ ਸਾਹਿਬ ਜੋ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਤਵਾਜ ਨੇ, ਜੋ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪਾਉਣਾ ਹਰੀ ਜੀ ਦੇ ਕਦਮਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਨੇ, ਔਰ ਜਿੰਨੇ ਮੇਰੇ ਵੀਰ ਰਾਸਤੇ ਦੇ ਵਿੱਚ ਖੜ੍ਹੇ ਨੇ ਪ੍ਰਬੰਧਕ ਕਮੇਟੀ ਵੱਲੋਂ, ਔਰ ਮੇਰੇ ਵੱਲੋਂ ਵੀ ਹੁਕਮ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਜਿੱਥੇ ਜਗ੍ਹਾ ਮਿਲਦੀ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ, ਕਿਉਂਕਿ ਵਾਰੀ ਵਾਰੀ ਸਿਰਾ ਕੇ ਮੇਰੀ ਦਾਤਾ ਦੇ ਕਦਮਾਂ ਦੇ ਵਿੱਚ, ਮੇਰੀਆਂ ਸਰਕਾਰਾਂ ਦੇ ਕਦਮ ਵਿੱਚ ਸੱਚਦਾ ਸਲਾਮ ਕਰਨਾ ਜਿੰਨੀ ਵੀ ਸੰਗਤ ਪਹੁੰਚੀਏ, ਕਿ ਸਾਨੂੰ ਲੋੜ ਨਹੀਂ ਕੋਈ ਜ਼ਮਾਨੇ ਦੀ, ਇੱਕ ਤੇਰਾ ਸਹਾਰਾ ਕਾਫੀ ਹੈ, ਸਾਨੂੰ ਤਾਂ ਲੋੜ ਨਹੀਂ ਕੋਈ ਜ਼ਮਾਨੇ ਦੀ, ਇੱਕ ਤੇਰਾ ਸਹਾਰਾ ਕਾਫੀ ਹੈ, ਲੋਕੀ ਤਾਂ ਜਾਂਦੇ ਕਾਂਛੀ ਮਥੁਰਾ ਨੂੰ, ਸਾਨੂੰ ਤਾਂ ਤੇਰਾ ਦੁਬਾਰਾ ਕਾਫੀ ਹੈ, ਸਾਨੂੰ ਤਾਂ ਤੇਰਾ ਦੁਬਾਰਾ ਕਾਫੀ ਹੈ। ਔਰ ਇਸੇ ਤਰ੍ਹਾਂ ਹੀ ਬਹੁਤ ਹੀ ਸਤਿਕਾਰਯੋਗ ਆਓ ਜਿਹਨਾਂ ਦੀ ਅਸੀਂ ਉਡੀਕ ਕਰ ਰਹੇ ਸੀ, ਔਰ ਜਿਹਨਾਂ ਦੀ